ਮੁਕਾਬਲਾ ਕਰਕੇ ਗੋਲੀ ਮਾਰ ਦਿੱਤੀ ਜਾਂਦੀ ਸੀ ਉਦੋਂ ਤੇ ਉਹਦਾ ਸਰਟੀਫਿਕੇਟ ਨਹੀਂ ਦੇਖਿਆ ਜਾਂਦਾ ਸੀ ਵੀ ਤੂੰ ਲਿਖਵਾਇਆ ਬਾਈ ਵੀ ਤੂੰ ਗੁਰੂ ਦਾ ਸਿੱਖ ਨਹੀਂ ਅਸਲ ਵਿੱਚ ਸਾਧ ਸੰਗਤ ਸਾਡੇ ਵਿੱਚ ਇਹ ਇਦਾਂ ਦੀਆਂ ਉਦਾਹਰਨਾਂ ਪੈਦਾ ਕਰ ਦਿੱਤੀਆਂ ਗਈਆਂ ਜੇ ਕਿਸੇ ਨੂੰ ਕਹੀਏ ਵੀ ਗੁਰੂ ਦਾ ਸਿੱਖ ਬਣਦਾ ਤੂੰ ਗੁਰੂ ਤੋਂ ਬੇਮੁਖ ਹੋਇਆ ਉਹ ਕਹਿੰਦਾ ਵੀ ਉਹ ਵੀ ਤਾਂ ਸਿੰਘ ਬਦਾਵਾ ਦੇ ਗਏ ਸੀ ਐਕਸਕਿਊਜ਼ ਲੈਂਦੇ ਨੇ ਵੀ ਉਹਨਾਂ ਨੇ ਵੀ ਤਾਂ ਬਦਾਵਾ ਦਿੱਤਾ ਸੀ ਮੈਂ ਦੇ ਦਿੱਤਾ ਫਿਰ ਕੀ ਹੋ ਗਿਆ ਜਦੋਂ ਉਹ ਮੁੜ ਗਏ ਸੀ ਮੈਂ ਵੀ ਕਿਤੇ ਸਮਾ ਆਇਆ ਮੈਂ ਵੀ ਵਾਪਸ ਮੁੜ ਜਾਗਾ ਅਸਲ ਵਿੱਚ ਉਹ ਬਦਾਵਾ ਨਹੀਂ ਸੀ ਸਾਦ ਸੰਗਤ ਉਹ ਕੀ ਸੀ ਇਹ ਗੱਲ ਲਿਖੀ ਗਈ ਸੀ ਕੇਵਲ ਵੀ ਜਿਹੜੇ ਸੰਘਰਸ਼ ਦੇ ਵਿੱਚ ਤੁਸੀਂ ਪਏ ਹੋ ਅਸੀਂ ਇਸ ਸੰਘਰਸ਼ ਦੇ ਵਿੱਚ ਤੁਹਾਡਾ ਸਾਥ ਨਹੀਂ ਕਰਾਂਗੇ ਇੰਨੀ ਗੱਲ ਬਸ ਉਹ ਵੀ ਕਿਹਨੇ ਜਿਹੜਾ ਉੱਥੇ ਭਗਤ ਸਿੰਘ ਝਬਾਲੀਆ ਸੀ ਜਿਹੜਾ ਜਿਹਨੂੰ ਸਾਰਿਆਂ ਦਾ ਚੌਧਰੀ ਮੰਨਦਾ ਸੀ ਆਪਣੇ ਆਪ ਨੂੰ ਉਹਨਾਂ ਨੇ ਇਹ ਗੱਲ ਲਿਖਵਾਈ ਸੀ ਪਰ ਅਸਲ ਦੇ ਵਿੱਚ ਜਿਹੜਾ ਬਦਾਵਾ ਲਿਖਣ ਦੀ ਗੱਲ ਹੈ ਵੀ ਗੁਰੂ ਪਾਤਸ਼ਾਹ ਨੂੰ ਸਿੱਖ ਬਦਾਵਾ ਦੇ ਕੇ ਚਲੇ ਗਏ ਸਨ ਨਾ ਨਾ ਸਾਦ ਸੰਗਤ ਫਿਰ ਗੁਰਬਾਣੀ ਦੀ ਉਦਾਹਰਣ ਦੇ ਕੇ ਉਹ ਬੰਦੇ ਸਪਸ਼ਟ ਕਰਨਾ ਚਾਹੁੰਦੇ ਨੇ ਮੈਂ ਇੱਕ ਉਦਾਹਰਣ ਦੇ ਦਿਆਂ ਸਮਾਂ ਵੀ ਨੇੜੇ ਲੱਗ ਗਿਆ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ ਕਬੀਰ ਸਾਹਿਬ ਦਾ ਸ਼ਲੋਕ ਹੈ ਵੀ ਹੰਕਾਰ ਦੇ ਵਿੱਚ ਆ ਕੇ ਕਿਸੇ ਗਰੀਬ ਤੇ ਨਾ ਹੱਸੀ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜਹੋ ਸੁਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਹੁਣ ਇਹਦਾ ਅਰਥ ਤੇ ਸਾਧ ਸੰਗਤ ਜਦੋਂ ਲੜੀਵਾਰ ਆਪਾਂ ਵਿਚਾਰਾਂਗੇ ਨਾ ਸ਼ਲੋਕਾਂ ਨੂੰ ਫਿਰ ਇਹ ਬਣਦਾ ਇਹਦਾ ਅਰਥ ਵੀ ਤੂੰ ਆਪਣੇ ਪੈਸੇ ਦਾ ਧਨ ਦਾ ਬਹੁਤ ਹੰਕਾਰ ਕਰਦਾ ਹੈ ਤੇ ਗਰੀਬ ਗੁਰਬਿਆਂ ਨੂੰ ਹੱਸਦਾ ਫਿਰਦਾ ਵੀ ਤੂੰ ਤੇ ਮੇਰੇ ਤੇ ਸਾਹਮਣੇ ਕੁਝ ਵੀ ਨਹੀਂ ਜ਼ੀਰੋ ਐ ਤੂੰ ਤੇ ਤੇ ਉਹ ਅਰਥ ਇਸ ਰੂਪ ਚ ਵਰਤੇ ਗਏ ਨੇ ਉੱਥੇ ਇਹ ਨਹੀਂ ਵੀ ਅਜੋ ਹਸੋ ਨਾਉ ਸਮੁੰਦਰ ਮੈਂ ਇਹ ਲਿਖਿਆ ਵੀ ਜਿੱਦਾਂ ਸਮੁੰਦਰ ਵਿੱਚ ਨਾ ਜਦੋਂ ਤੱਕ ਚਲਦੀ ਹੋਏ ਨਾ ਉਹ ਕੰਡੇ ਤੇ ਲੱਗੇ ਨਾ ਲੱਗੇ ਇਹ ਕੋਈ ਪਤਾ ਨਹੀਂ ਜਦੋਂ ਤੱਕ ਨਹੀਂ ਲੱਗਦੀ ਇਹ ਸਮਝਾਇਆ ਗਿਆ ਵੀ ਇਸ ਧਨ ਪਦਾਰਥ ਦਾ ਕੋਈ ਪਤਾ ਨਹੀਂ ਭਾਈ ਇਹ ਕਦੋਂ ਤੇਰੇ ਕੋਲੋਂ ਚਲੇ ਜਾਣਾ ਪਰ ਇਹਨੂੰ ਆਪਾਂ ਜੋੜ ਕੇ ਕਿੱਥੇ ਦੇਖਦੇ ਆਂ ਵੀ ਦੇਖੋ ਜੀ ਮਹਾਰਾਜ ਨੇ ਬਾਣੀ ਚ ਲਿਖ ਦਿੱਤਾ ਵੀ ਜੋ ਸੁਨਾਉ ਸਮੁੰਦਰ ਮੈਂ ਕਹਿੰਦੇ ਵੀ ਉਹ ਵਦਾਵਾ ਦੇ ਸਕਦੇ ਨੇ ਅਸੀਂ ਉਹ ਜਿਹੜਾ ਪ੍ਰਕਰਣ ਚੱਲ ਰਿਹਾ ਸੀ ਪ੍ਰਕਰਣ ਤੋਂ ਬਾਹਰ ਜਾ ਕੇ ਅਰਥ ਨਹੀਂ ਕਰ ਸਕਦੇ ਜੇ ਪ੍ਰਕਰਣ ਤੋਂ ਬਾਹਰ ਕਰਾਂਗੇ ਫਿਰ ਤੇ ਆਪਣੀ ਮਨਮਰਜ਼ੀ ਚੱਲੀ ਜਾਏਗੀ ਨਾ ਤੇ ਉਹ ਜਿਹੜੀ ਗੱਲ ਲਿਖੀ ਗਈ ਉੱਥੇ ਜਦੋਂ ਫਿਰ ਵਜ਼ੀਰ ਖਾਨ ਨੇ ਹਮਲਾ ਕੀਤਾ ਜੰਗ ਹੋਈ ਉਸ ਜੰਗ ਦੇ ਵਿੱਚ ਉਹ 40 ਸਰੀਰ ਜਿਹੜੇ ਸ਼ਹੀਦ ਹੋਏ ਤੇ ਉਹ ਵਾਪਸ ਮੁੜ ਆਏ ਸੀ ਕਿਉਂਕਿ ਮਾਈ ਭਾਗ कौर ਨੇ ਉਹਨਾਂ ਨੂੰ ਫੇਰ ਸਮਝਾਇਆ ਹੁਣ ਸਾਡੇ ਚਤੇ ਪ੍ਰਚਲਿਤ ਕੀਤਾ ਨਾ ਗੀਵ ਆ ਗਏ ਇੰਟਰਨੈਟ ਦੇ ਉੱਤੇ ਬੜੀਆਂ ਸਾਰੀਆਂ ਵਿਚਾਰਾਂ ਵੀ ਉਹਨਾਂ ਨੇ ਕਿਹਾ ਵੀ ਲੋ ਚੂੜੀਆਂ ਆਪਣੀਆਂ ਕੱਢ ਕੱਢ ਕੇ ਉਹਨਾਂ ਦੇ ਮੂੰਹ ਤੇ ਮਾਰੀਆਂ ਹੁਣ ਜਦੋਂ ਗੁਰਮਤਿ ਦੇ ਵਿੱਚ ਚੂੜੀਆਂ ਦਾ ਕੋਈ ਕਨਸੈਪਟ ਹੀ ਨਹੀਂ ਤੇ ਫਿਰ ਚੂੜੀਆਂ ਕਿੱਥੋਂ ਆ ਗਈਆਂ ਔਰ ਨਾਲੇ ਮਾਈ ਭਾਗ कौर ਕੋਈ ਇੱਕ ਪੀੜੀ ਨਾਲ ਨਹੀਂ ਨਾਲ ਜੁੜੀ ਸੀ ਭਾਈ ਲੰਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਹੋਇਆ ਭਾਈ ਲੰਗਾ ਭਾਈ ਲੰਗਾ ਦੇ ਭਰਾ ਸਨ ਭਾਈ ਪੀਰੋ ਜੀ ਭਾਈ ਪੀਰੋ ਜੀ ਦੀ ਸਰਵੰਸ ਦੇ ਵਿੱਚੋਂ ਅੱਗੇ ਖਾਨਦਾਨ ਦੇ ਵਿੱਚੋਂ ਮਾਈ ਭਾਗ कौर ਸਨ ਇੱਕ ਦੋ ਪੀੜੀਆਂ ਦੀ ਗੱਲ ਨਹੀਂ ਜਿਹੜੇ 40 ਸਿੰਘ ਇੱਥੇ ਮੁਕਸਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਨਾ ਤੀਸਰੇ ਪਾਤਸ਼ਾਹ ਤੋਂ ਉਹਨਾਂ ਦੀਆਂ ਪੀੜੀਆਂ ਚਲਦੀਆਂ ਆ ਰਹੀਆਂ ਸਨ ਨੌਵੇਂ ਪਾਤਸ਼ਾਹ ਤੱਕ ਅਟੈਚ ਸਨ ਪਰ ਕਿਉਂਕਿ ਸਾਨੂੰ ਲੱਗਦਾ ਹੈ ਜਿਹੜੀਆਂ ਪੀੜੀਆਂ ਇੰਨਾ ਇੰਨੀ ਸਦੀਆਂ ਤੋਂ ਗੁਰੂ ਸਾਹਿਬ ਦਾ ਸਾਥ ਦੇ ਰਹੀਆਂ ਹੋਣ ਉਹ ਕੇਵਲ ਇੰਨੀ ਗੱਲ ਪਿੱਛੇ ਕਿਦਾਂ ਘੁਮਰਾ ਕੇ ਪਾਸੇ ਹੋ ਸਕਦੀਆਂ ਨੇ ਵੀ ਅਸੀਂ ਤੁਹਾਡੇ ਨਾਲ ਨਹੀਂ ਜੰਗ ਦੇ ਵਿੱਚ ਸਾਥ ਕਰ ਸਕਦੇ ਅਸਲ ਵਿੱਚ ਇਹ ਜਿਹੜੀ ਗੱਲ ਹੋਈ ਇਸ ਤਰੀਕੇ ਨਾਲ ਸੀ ਕਿ ਉਹਨਾਂ ਨੇ ਸਿਰਫ ਕਿਹਾ ਸੀ ਵੀ ਮੈਂ ਸੰਘਰਸ਼ ਦੇ ਵਿੱਚ ਅਸੀਂ ਤੁਹਾਡਾ ਸਾਥ ਨਹੀਂ ਕਰ ਸਕਦੇ ਲਿਖਤ ਲਿਖੌ ਦੇ ਵਿੱਚ ਨਾ ਕਦੇ ਕੋਈ ਕਿਸੇ ਦਾ ਸਿੱਖ ਬਣਿਆ ਤੇ ਨਾ ਕੋਈ ਕਿਸੇ ਨੇ ਸਿੱਖੀ ਛੱਡੀ ਹੈ ਜਦੋਂ ਗੁਰੂ ਦੇ ਕਰਮਾ ਤੋਂ ਪਾਸੇ ਹਟੇ ਉਦੋਂ ਹੀ ਸਾਨੂੰ ਇਹ ਪ੍ਰਤੀਤ ਹੋ ਜਾਂਦਾ ਵੀ ਇਹ ਬੰਦਾ ਗੁਰੂ ਦਾ ਸਿੱਖ ਨਹੀਂ ਰਿਹਾ ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਜੋ ਗੱਲ ਗੁਰਬਾਣੀ ਵਿੱਚ ਆਖੀ ਕਿਉਂਕਿ ਸਮਾ ਸਮਾਪਤ ਹੈ ਬਿਦਾਵਾ ਸਾਧ ਸੰਗਤ ਗੁਰੂ ਕੇ ਸਿੱਖਾਂ ਨੇ ਨਾ ਦਿੱਤਾ ਤੇ ਜਿਹੜਾ ਸੱਚੀ ਮੁੱਚੀ ਜਿਉਂ ਰਹੇ ਗੁਰਨਾਲੇ ਹੋ ਜੇ ਨਾ ਉਹ ਕਦੇ ਗੁਰੂ ਨੂੰ ਬਿਦਾਵਾ ਦੇ ਨਹੀਂ ਸਕਦਾ ਉੱਥੇ ਸਿਰਫ ਇੰਨੀ ਕੁ ਗੱਲ ਲਿਖੀ ਗਈ ਵੀ ਅਸੀਂ ਤੁਹਾਡਾ ਸੰਘਰਸ਼ ਦੇ ਵਿੱਚ ਸਾਥ ਨਹੀਂ ਕਰ ਸਕਦੇ ਪਰ ਉਹੀ ਕੇਵਲ ਉਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਜਿਹੜੇ ਸਾਰੇ ਸਿੱਖਾਂ ਨੇ ਆ ਕੇ ਗੁਰੂ ਪਾਤਸ਼ਾਹ ਦੇ ਨਾਲ ਸਾਥ ਕੀਤਾ ਚ ਉਸ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਅਖੀਰੀ ਦੋ ਸਿੱਖ ਭਾਈ ਰਾਏ ਸਿੰਘ ਤੇ ਭਾਈ ਮਹਾ ਸਿੰਘ ਸੀ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜਦੋਂ ਅਖੀਰ ਦੇ ਵਿੱਚ ਇਹਨਾਂ ਨੇ ਸਾਹ ਜਿਹੜਾ ਸੀ ਉਹ ਆਪਣਾ ਛੱਡਿਆ ਤੇ ਮਾਈ ਭਾਗ ਔਰ ਉਸ ਜੰਗ ਦੇ ਵਿੱਚ ਬਚ ਗਏ ਸਨ ਉਹਨਾਂ ਦੀ ਕੇਵਲ ਲੱਤ ਤੇ ਗੋਲੀ ਵੱਜੀ ਸੀ ਮੱਲਨ ਪੱਟੀ ਕਰਨ ਤੋਂ ਬਾਅਦ ਫਿਰ ਕਾਫੀ ਸਮਾਂ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਰਹੇ ਤੇ ਇਹ ਕੇਵਲ ਮਾਈ ਭਾਗ ਔਰ ਦਾ ਕਿਉਂਕਿ ਜ਼ਿਕਰ ਬੀਬੀਆਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਕਿਉਂਕਿ ਪ੍ਰਚਾਰ ਕਰਨ ਵਾਲੀ ਮਰਦ ਬਿਰਤੀ ਬਹੁਤੀ ਸੀ ਉਹਨਾਂ ਨੇ ਮਾਤਾਵਾਂ ਦੇ ਇਤਿਹਾਸ ਨੂੰ ਬਹੁਤਾ ਕੋਈ ਤਵੱਜੋ ਨਹੀਂ ਦਿੱਤੀ ਇਸੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਅੱਜ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਜੇ ਆਪਾਂ ਗਿਆਨੀ ਗਿਆਨ ਸਿੰਘ ਦਾ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਦੇ ਆ ਉਹਦੇ ਵਿੱਚ ਉਚੇਚੇ ਤੌਰ ਤੇ ਦੋ ਤਾਰਾ ਲੈ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮਾਤਾ ਉੱਥੇ ਦਰਬਾਰ ਚ ਕੀਰਤਨ ਕਰਦੀ ਹੁੰਦੀ ਸੀ ਪਰ ਕੌਣ ਪੜਾਏ ਜੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਵੱਸਬ ਦੀ ਜਿਹੜੀ ਪੱਟੀ ਆਪਣੇ ਅੱਖਾਂ ਤੇ ਲਾਈ ਹੋਈ ਹੈ ਉਹ ਕਹਿੰਦੇ ਵੀ ਬੀਬੀਆਂ ਤੇ ਕੀਰਤਨ ਕਰ ਹੀ ਨਹੀਂ ਸਕਦੀਆਂ ਜੇ ਬੀਬੀਆਂ ਗੁਰੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਖਮੀ ਹੋ ਸਕਦੀਆਂ ਨੇ ਗੁਰੂ ਦਾ ਜੰਗ ਵਿੱਚ ਸਾਥ ਦੇ ਸਕਦੀਆਂ ਨੇ ਤੇ ਕੀ ਉਹ ਗੁਰੂ ਦਰਬਾਰ ਦੇ ਵਿੱਚ ਕੀਰਤਨ ਦੀ ਸੇਵਾ ਨਹੀਂ ਨਿਭਾ ਸਕਦੀਆਂ ਇਹ ਸਾਡੀ ਬੜੀ ਵੱਡੀ ਬਦਕਿਸਮਤੀ ਹੈ ਤੇ ਤੁਨ ਗੁਰੂ ਅਮਰਦਾਸ ਸਹਿਬ ਕਹਿੰਦੇ ਨੇ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ ਉਹੀ ਗੁਰੂ ਕੇ ਸਨਮੁਖ ਸਿੱਖ ਹੈ ਜਿਹੜਾ ਚਿੱਤ ਦੇ ਵਿੱਚ ਗੁਰੂ ਦਾ ਬਚਨ ਵਸਾ ਲੈਂਦਾ ਹੈ ਇਹ ਜਿਹੜੀਆਂ ਸਾਖੀਆਂ ਸਾਡੇ ਵਿੱਚ ਗਲਤ ਢੰਗ ਦੇ ਨਾਲ ਪ੍ਰਚਾਰੀਆਂ ਗਈਆਂ ਇਹਨਾਂ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਹੈ ਤੇ ਗੁਰਬਾਣੀ ਦੇ ਪੱਖ ਨੂੰ ਹੋਰ ਵਧੀਆ ਢੰਗ ਨਾਲ ਵਿਚਾਰ ਕੇ ਇਹਨੂੰ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਸੇ ਯਤਨ ਕਰੀਏ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ ਸਾਰੀ ਸੰਗਤ ਪਿਆਰ ਸਹਿ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ